ਜੈਮ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਬੜੇ ਅਦਬ ਨਾਲ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ। ਅੱਜ ਦਾ ਇਹ ਐਪੀਸੋਡ ਵਿਸ਼ੇਸ਼ ਤੌਰ 'ਤੇ ਸਮਰਪਿਤ ਹੈ, ਡੈਡੀਕੇਟਿਡ ਹੈ ਸਿੱਖ ਕੌਮ ਦੇ ਦਿਮਾਗ ਕਹੇ ਜਾਂਦੇ ਬੇਗਰਜ਼ ਆਗੂ, ਬੈਸਟ ਪਾਰਲੀਮੈਂਟੇਰੀਅਨ, ਅਨੰਦਪੁਰ ਸਾਹਿਬ ਮਤੇ ਦੇ ਰਚਯਿਤਾ ਅਤੇ ਪ੍ਰੋਫੈਸਰ ਆਫ ਸਿੱਖਇਜ਼ਮ, ਸੱਚਖੰਡ ਵਾਸੀ ਸਰਦਾਰ ਕਪੂਰ ਸਿੰਘ ਸਾਹਿਬ ਨੂੰ। ਪੰਜਾਬ ਦੀ ਸਿਆਸਤ ਵਿੱਚ ਦੋ ਕਪੂਰ ਸਿੰਘ ਹੋਏ ਨੇ, ਇੱਕ ਲੁਧਿਆਣਾ ਜ਼ਿਲ੍ਹੇ ਤੋਂ MLA ਰਹੇ ਅਤੇ ਪੰਜਾਬ ਦੇ ਖਜ਼ਾਨਾ ਮੰਤਰੀ ਬਣੇ, ਕਾਂਗਰਸ ਪਾਰਟੀ ਦੇ ਸਨ। ਦੂਸਰੇ ਸਰਦਾਰ ਕਪੂਰ ਸਿੰਘ, ਸੱਸੇ ਨੂੰ ਸਿਆਰੀ ਲੱਗਦੀ ਹੈ, ਇਹ ਬਹੁਤ ਵੱਡੀ ਸ਼ਖਸੀਅਤ, ਜਿੰਨਾ ਵੀ ਮਾਣ ਕਰੀਏ ਉਹਨਾਂ ਥੋੜ੍ਹਾ। ਪਰ ਜਿਸ ਹਿਸਾਬ ਨਾਲ ਕੌਮ ਨੂੰ ਉਹਨਾਂ ਦੀ ਕਦਰ ਕਰਨੀ ਚਾਹੀਦੀ ਸੀ, ਉਹਨਾਂ ਦੀ ਜਿਉਂਦੇ ਜੀ ਉਹਨਾਂ ਦੀ ਕਦਰ ਕੌਮ ਨੇ ਨਹੀਂ ਪਾਈ। ਪਰ ਅੱਜ ਉਹਨਾਂ ਨੂੰ ਪਿਆਰ ਕਰਨ ਵਾਲੇ, ਉਹਨਾਂ ਦੀ ਗੱਲ ਕਰਨ ਲੱਗੇ ਵੀ ਅਸ਼ਕ ਬਾਹਰ ਹੋ ਜਾਂਦੇ ਨੇ, ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ। ਤੋ ਗੱਲ ਕਰਦੇ ਹਾਂ ਸਰਦਾਰ ਕਪੂਰ ਸਿੰਘ ਦੇ ਜੀਵਨ ਬਾਰੇ। ਉਹਨਾਂ ਦਾ ਜਨਮ 1909 ਨੂੰ ਸਰਦਾਰ ਦੀਦਾਰ ਸਿੰਘ ਦੇ ਘਰ ਕਿਸਾਨ ਪਰਿਵਾਰ ਵਿੱਚ। ਕਪੂਰ ਸਿੰਘ ਬਚਪਨ ਤੋਂ ਹੀ ਬਹੁਤ ਤੀਖਣ ਬੁੱਧੀ ਦੇ ਮਾਲਕ ਸਨ, ਪੜ੍ਹ ਲਿਖਣ ਵਿੱਚ ਬਹੁਤ ਚੁਸਤ ਦਰੁਸਤ ਸਨ ਅਤੇ ਉਹਨਾਂ ਨੂੰ ਪਰਿਵਾਰ ਨੇ ਫਿਰ ਜਦੋਂ ਮੁੱਢਲੀ ਪੜ੍ਹਾਈ ਉਹਨਾਂ ਨੇ ਗ੍ਰੈਜੂਏਸ਼ਨ ਵਗੈਰਾ ਕਰ ਲਈ ਅਤੇ ਪੋਸਟ ਗ੍ਰੈਜੂਏਸ਼ਨ ਕਰਨ ਲਈ, ਮਾਸਟਰ ਡਿਗਰੀ ਕਰਨ ਲਈ ਉਹਨਾਂ ਨੂੰ ਫਿਰ ਦਾਖਲ ਕਰਵਾਇਆ ਗਿਆ ਅਣਵੰਡੇ ਪੰਜਾਬ ਦਾ ਜਿਹੜਾ ਰਾਜਧਾਨੀ ਵਾਲਾ ਸ਼ਹਿਰ ਹੈ ਲਾਹੌਰ, ਉੱਥੋਂ ਦਾ ਚੋਟੀ ਦਾ ਕਾਲਜ, ਜਿਹੜਾ ਦੇਸ਼ 'ਚ ਚੋਟੀ ਦੇ ਕਾਲਜਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ, ਗੌਰਮੈਂਟ ਕਾਲਜ ਲਾਹੌਰ, ਉੱਥੇ ਦਾਖਲ ਕਰਵਾਇਆ ਗਿਆ। ਉੱਥੇ ਕਪੂਰ ਸਿੰਘ ਹੋਰਾਂ ਨੇ ਜਿਹੜੀ ਮਾਸਟਰ ਦੀ ਡਿਗਰੀ ਸੀ ਉਹ ਫਸਟ ਕਲਾਸ ਫਸਟ ਰਹਿ ਕੇ ਪਾਸ ਕੀਤੀ, ਡੰਕਾ ਵੱਜ ਗਿਆ ਉਹਨਾਂ ਦਾ ਸਾਰੇ। ਉਸ ਤੋਂ ਬਾਅਦ ਉਹਨਾਂ ਨੂੰ ਫਿਰ ਉਚੇਰੀ ਪੜ੍ਹਾਈ ਲਈ ਭੇਜਿਆ ਗਿਆ ਕੈਂਬਰਿਜ ਯੂਨੀਵਰਸਿਟੀ, ਜਿਹੜੀ ਦੁਨੀਆ ਦੀ ਮੰਨੀ ਹੋਈ ਯੂਨੀਵਰਸਿਟੀ ਆ। ਉੱਥੇ ਉਹਨਾਂ ਨੇ ਇੱਕ ਤਾਂ ਸੋਸ਼ਲ ਸਾਇੰਸਿਸ ਵਿੱਚ PhD ਦੀ ਡਿਗਰੀ ਕੀਤੀ, ਫਸਟ ਕਲਾਸ ਫਸਟ ਰਹਿ ਕੇ। ਇੱਕ ਅਣਵੰਡੇ ਭਾਰਤ ਵਿੱਚ ਹੁਣ IAS ਅਫਸਰ ਹੁੰਦੇ ਨੇ, DC, ਉਦੋਂ ਹੁੰਦਾ ਸੀ ICS, ਇੰਡੀਅਨ ਸਿਵਲ ਸਰਵਿਸਿਸ, ਉਹਦੇ ਇਗਜ਼ਾਮ 'ਚ ਬੈਠੇ ਅਤੇ ਉਹਦੇ ਵਿੱਚ ਵੀ ਉਹ ਫਸਟ ਕਲਾਸ ਫਸਟ ਆਏ। ਐਡਾ ਰੌਸ਼ਨ ਦਿਮਾਗ। ਫਿਰ ਉਹ ਭਾਰਤ ਆ ਗਏ, ਭਾਰਤ ਆ ਕੇ ਉਹਨਾਂ ਨੂੰ ਨਿਯੁਕਤੀ ਹੋਈ, ਮਿਲਣੀ ਸੀ ਨਿਯੁਕਤੀ, ਅਪੁਆਇੰਟਮੈਂਟ ਡਿਪਟੀ ਕਮਿਸ਼ਨਰ, ਉਦੋਂ ਪੰਜਾਬ ਸਾਰਾ ਇਕੱਠਾ ਸੀ, ਬਹੁਤ ਵੱਡਾ ਪੰਜਾਬ ਸੀ, ਦੇਸ਼ ਦੀ ਵੰਡ ਨਹੀਂ ਸੀ ਹੋਈ। ਹਿਮਾਚਲ ਪ੍ਰਦੇਸ਼ ਜਿਹਨੂੰ ਹੁਣ ਕਹਿੰਦੇ ਹਾਂ, ਉਹਦਾ ਕਾਂਗੜਾ ਜ਼ਿਲ੍ਹਾ, ਉਹਦੇ ਉਹ ਡਿਪਟੀ ਕਮਿਸ਼ਨਰ ਰਹੇ, ਬਹੁਤ ਸਾਰੇ ਜ਼ਿਲ੍ਹਿਆਂ ਦੇ ਰਹੇ, ਕਰਨਾਲ ਦੇ ਵੀ ਰਹੇ, ਅੰਬਾਲਾ ਦੇ ਵੀ ਰਹੇ, ਸ਼ਿਮਲਾ ਦੇ ਵੀ ਰਹੇ। ਅਤੇ ਉਹਨਾਂ ਦਿਨਾਂ ਵਿੱਚ ਇੱਕ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸਨ, ਚੰਦੂ ਲਾਲ ਤ੍ਰਿਵੇਦੀ, ਉਹਨਾਂ ਨੇ ਇੱਕ ਸਰਕੂਲਰ ਜਾਰੀ ਕੀਤਾ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਕਹਿਣ 'ਤੇ, ਜਿਹਦੇ ਪਿੱਛੇ ਦਿਮਾਗ ਸੀ ਸਰਦਾਰ ਪਟੇਲ ਦਾ। ਉਹ ਸੀ ਕਿ ਸਿੱਖ ਜਿਹੜੇ ਨੇ ਜਰਾਇਮ ਪੇਸ਼ਾ ਨੇ, ਮਤਲਬ ਕ੍ਰਿਮੀਨਲ ਬੈਕਗਰਾਊਂਡ ਵਾਲੀ ਇਹ ਕਮਿਊਨਿਟੀ ਹੈ, ਇਹ ਡਾਕੇ ਡੂਕੇ ਮਾਰਦੇ ਨੇ, ਇਸ ਤਰ੍ਹਾਂ ਕਰਦੇ ਨੇ,
ਅਤੇ ਉਹ ਮਤਲਬ ਡੈਰੋਗੇਟਰੀ ਜਿਹਾ ਸੀ, ਇਹਨੂੰ ਗੁਪਤ ਤੌਰ ਦੇ ਉੱਤੇ ਇਹਨਾਂ 'ਤੇ ਨਿਗਾਹ ਰੱਖੀ ਜਾਵੇ, ਪਰ ਇਹਦਾ ਪਤਾ ਨਾ ਕਿਸੇ ਨੂੰ ਲੱਗੇ, ਇਹ ਟਾਪ ਸੀਕ੍ਰੇਟ ਹੈ। ਸਰਦਾਰ ਕਪੂਰ ਸਿੰਘ ਦੇ ਅੰਦਰਲਾ ਜਿਹੜਾ ਸਿੱਖ ਸੀ, ਜਿਹੜਾ ਗੁਰੂ ਘਰ ਸਿੰਘ ਸੀ ਜਾਂ ਕੌਮ ਪ੍ਰਸਤੀ ਦੀ ਉਹਨਾਂ 'ਚ ਭਾਵਨਾ ਸੀ, ਉਹ ਦੱਬੀ ਨਾ ਰਹਿ ਸਕੀ। ਉਹਨਾਂ ਨੇ ਉਹ ਆਊਟ ਕਰ ਦਿੱਤਾ ਪ੍ਰੈਸ ਕਾਨਫਰੰਸ ਕਰਕੇ। ਇੱਥੋਂ ਫਿਰ ਸਰਕਾਰ ਖਿੱਚ ਗਈ, ਸਰਕਾਰ ਉਹਦੇ ਮਗਰ ਪੈ ਗਈ, ਹੱਥ ਧੋ ਕੇ ਕਦੀ ਕਿਤੇ ਬਦਲੀ, ਕਦੀ ਕਿਤੇ ਬਦਲੀ, ਕਦੀ ਕਿਤੇ ਬਦਲੀ। ਉਹਨਾਂ ਨੇ ਫਿਰ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਨਾਲ, ਜਿਹੜੇ ਉਦੋਂ ਅਕਾਲੀ ਦਲ ਦੇ ਪ੍ਰਧਾਨ ਸਨ ਔਰ ਬੜੇ ਸੁਲਝੇ ਹੋਏ ਆਗੂ ਸਨ, ਉਹਨਾਂ ਨਾਲ ਸਲਾਹ ਕੀਤੀ। ਉਹਨਾਂ ਨੇ ਕਿਹਾ ਨੌਕਰੀ ਤੋਂ ਅਸਤੀਫਾ ਦੇ ਦਿਓ। ਲਿਹਾਜ਼ਾ ਆਈ ਸੀ ਐੱਸ ਅਧਿਕਾਰੀ ਸਰਦਾਰ ਕਪੂਰ ਸਿੰਘ ਨੇ ਨੌਕਰੀ ਨੂੰ ਮਾਰੀ ਲੱਤ, ਨੌਕਰੀ ਛੱਡ ਕੇ ਅਤੇ ਉਹ ਪੰਥਕ ਸਭਾ ਵਿੱਚ ਸ਼ਾਮਿਲ ਹੋ ਗਏ, ਪੰਥਕ ਸਰਗਰਮੀ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। 1969 ਵਿੱਚ ਉਹਨਾਂ ਨੇ ਪਹਿਲੀ ਚੋਣ ਲੜੀ ਅਤੇ ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ, ਅਤੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਦੇ ਤੌਰ 'ਤੇ ਉਹਨਾਂ ਨੇ ਬਹੁਤ ਬੇਬਾਕੀ ਨਾਲ ਤਕਰੀਰਾਂ ਕੀਤੀਆਂ, ਰਿਕਾਰਡ ਵਿੱਚ ਹਾਲੇ ਵੀ ਮੌਜੂਦ ਨੇ, ਜਿਵੇਂ ਬੁਲਾਰੇ ਨੂੰ ਬੋਲਣਾ ਚਾਹੀਦਾ। ਉਸ ਤੋਂ ਬਾਅਦ ਉਹ ਫਿਰ ਮੈਂਬਰ ਪਾਰਲੀਮੈਂਟ ਬਣੇ ਦੋ ਵਾਰੀ ਲੁਧਿਆਣਾ ਤੋਂ। ਪਾਰਲੀਮੈਂਟ ਦੇ ਮੈਂਬਰ ਦੇ ਤੌਰ 'ਤੇ ਮੈਨੂੰ ਦਿੱਲੀ ਸੁਭਾਗ ਪ੍ਰਾਪਤ ਹੋਇਆ ਉਹਨਾਂ ਦੀ ਤਕਰੀਰ ਸੁਣਨ ਦਾ, ਗੈਲਰੀ 'ਚ ਬੈਠ ਕੇ। ਸਰਦਾਰ ਕਪੂਰ ਸਿੰਘ ਦੇ ਬਾਰੇ ਮਸ਼ਹੂਰ ਸੀ, ਆਮ ਤੌਰ 'ਤੇ ਦੇਸ਼ ਦੇ ਸਦਰਨ ਹਿੱਸੇ ਦੇ ਜਿਹੜੇ ਐੱਮ ਪੀਜ਼ ਨੇ ਜਾਂ ਬੰਗਾਲ ਵਗੈਰਾ ਦੇ ਨੇ, ਉਹ ਜ਼ਿਆਦਾ ਬੋਲਦੇ ਆ ਵਧੀਆ। ਸਾਡੇ ਪੰਜਾਬ ਦੇ ਸੁੱਚੇ ਮੂੰਹ ਜਾਂਦੇ ਤਾਂ ਸੁੱਚੇ ਮੂੰਹ ਆ ਜਾਂਦੇ ਆ, ਕੋਈ ਵਿਰਲੇ ਟਾਵੇਂ ਛੱਡ ਕੇ। ਪਰ ਸਰਦਾਰ ਕਪੂਰ ਸਿੰਘ ਜਦੋਂ ਬੋਲਣ ਲਈ ਖੜ੍ਹੇ ਹੁੰਦੇ ਸੀ, ਸਾਰਾ ਜਿਹੜਾ ਹਾਊਸ ਸੀ ਲੋਕ ਸਭਾ, ਉਹ ਸੁਣ ਹੋ ਜਾਂਦਾ ਸੀ। ਉਹਨਾਂ ਦੀ ਇੱਕ ਇੱਕ ਗੱਲ ਨੂੰ ਅੰਗਰੇਜ਼ੀ 'ਚ ਐਡਾ ਵਧੀਆ ਬੋਲਦੇ ਸਨ ਕਿ ਉਹ ਸਾਊਥ ਵਾਲੇ ਅਤੇ ਜਿਹੜੇ ਕਮਿਊਨਿਸਟ ਪਾਰਟੀ ਦੇ ਉੱਥੋਂ ਬੜੇ ਬੜੇ ਤਕੜੇ ਐਸੇ ਡਾਂਗੇ ਵਰਗੇ ਅਤੇ ਨਮੂਦਰੀ ਪਾਦ ਵਰਗੇ ਅਤੇ ਹੋਰ ਰਜੇਸ਼ਵਰ ਰਾਓ ਵਰਗੇ, ਪੀਲੂ ਮੋਦੀ ਵਰਗੇ ਸਾਰੇ, ਉਹ ਐਚ ਵੀ ਕਾਮਤ ਜਿਹੜੇ ਕੰਸਟੀਚੂਐਂਟ ਅਸੈਂਬਲੀ ਦੇ ਮੈਂਬਰ ਸਨ, ਬੜੇ ਵੈਟਰਨ ਪਾਰਲੀਮੈਂਟੇਰੀਅਨ, ਉਹ ਸਾਰੇ ਉਹਨਾਂ ਨੂੰ ਸਲਾਮਾਂ ਕਰਦੇ ਸਨ ਔਰ ਜ਼ੋਰਦਾਰ ਤਾੜੀਆਂ ਵੱਜਦੀਆਂ ਸਨ। ਉਹ ਬੜੀ ਦਲੇਰੀ ਨਾਲ ਆਪਣੀ ਗੱਲ ਕਹਿੰਦੇ ਸੀ, ਉਹਨਾਂ ਦਾ ਫਿਕਰਾ ਜਿਹੜਾ ਸੀ ਉਹ ਬੜਾ ਲੰਮਾ ਹੁੰਦਾ ਸੀ। ਅਤੇ ਇਸ ਤਰ੍ਹਾਂ ਉਹ ਸਿੱਖਾਂ ਦਾ ਪੱਖ ਪੇਸ਼ ਕਰਦੇ ਸੀ, ਪੰਜਾਬ ਦਾ ਪੱਖ ਪੇਸ਼ ਕਰਦੇ ਸੀ ਕਿ ਹਮੇਸ਼ਾ ਕੌਮ ਲਈ ਉਹ ਆਖਰੀ ਸਵਾਸਾਂ ਤੱਕ ਸੰਘਰਸ਼ ਕਰਦੇ ਰਹੇ ਕੌਮ ਦੇ ਹਕੂਕ ਲਈ। ਉਹਨਾਂ ਦੀ ਵੱਡੀ ਦੇਣ ਜਿਹੜੀ ਹੈ ਉਹ ਹੈ ਕਿ ਜਿਹੜਾ ਅਨੰਦਪੁਰ ਸਾਹਿਬ ਰੈਜ਼ੋਲਿਊਸ਼ਨ ਹੈ, ਬੜਾ ਚਰਚਾ ਵਿੱਚ ਹੈ, ਜਿਹਦੇ ਕਰਕੇ ਸਰਕਾਰੀ ਕਮਿਸ਼ਨ ਵੀ ਸਰਕਾਰ ਨੇ ਬਣਾਇਆ ਸੀ ਪਰ ਗੱਲ ਕੋਈ ਬਣੀ ਨਹੀਂ, ਉਹ ਡਰਾਫਟ ਕੀਤਾ ਸਰਦਾਰ ਕਪੂਰ ਸਿੰਘ ਨੇ। ਉਹਨੂੰ ਪਹਿਲਾਂ ਤਾਂ ਦੇਸ਼ ਦੀਆਂ ਸਾਰੀਆਂ ਪਾਰਟੀਆਂ ਨੇ ਮੰਨਿਆ। ਉਹ ਤੁਹਾਨੂੰ ਦੱਸਾਂ ਹੈ ਕੀ, ਉਹ ਹੈ ਕਿ ਰਾਜਾਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਨੇ, ਫੈਡਰਲਿਜ਼ਮ ਹੋਣਾ ਚਾਹੀਦਾ, ਸੈਂਟਰਲਾਈਜੇਸ਼ਨ ਆਫ ਪਾਵਰਸ ਨਹੀਂ ਹੋਣੀ ਚਾਹੀਦੀਆਂ ਕਿ ਕੇਂਦਰ ਸਾਰੀਆਂ ਪਾਵਰਸ ਆਪਣੇ ਕੋਲ ਰੱਖੇ। ਉਹ ਕਹਿੰਦੇ ਕਿ ਤਿੰਨ ਪਾਵਰਸ ਜਿਹੜੀਆਂ ਮੇਨ ਨੇ, ਤਿੰਨ ਅਧਿਕਾਰ ਜਿਹੜੇ ਨੇ, ਇਹ ਕੇਂਦਰ ਕੋਲ ਚਾਹੀਦੇ ਆ, ਡਿਫੈਂਸ ਮਿਨਿਸਟਰੀ ਅਤੇ ਫੋਰਨ ਅਫੇਅਰਸ ਅਤੇ ਖਜ਼ਾਨਾ, ਬਾਕੀ ਦੇ ਜਿਹੜੇ ਮਹਿਕਮੇ ਨੇ ਉਹਨਾਂ ਵਿੱਚ ਰਾਜਾਂ ਨੂੰ ਖੁੱਲ੍ਹ ਹੋਣੀ ਚਾਹੀਦੀ ਆ ਔਰ ਉਹਨਾਂ ਨੂੰ ਲੋੜੀਂਦੇ ਫੰਡ ਮਿਲਣੇ ਚਾਹੀਦੇ ਆ, ਉਹ ਆਪਣੇ ਫੈਸਲੇ ਆਪ ਲੈ ਸਕਣ। ਸਾਰਿਆਂ ਨੇ ਇਹਦੀ ਸਪੋਰਟ ਕੀਤੀ, ਇੱਕ ਰਾਏ ਬਣ ਗਈ। ਪਰ ਉਦੋਂ ਲੋਕਾਂ ਨੇ, ਅਪੋਜੀਸ਼ਨ ਪਾਰਟੀਆਂ ਨੇ ਜਿਹੜੀਆਂ ਇਹਦੀਆਂ ਹੱਕ 'ਚ ਸਨ, ਕਾਂਗਰਸ ਦਾ ਹੱਕ 'ਚ ਨਹੀਂ ਸੀ,
ਸਾਰੀਆਂ ਪਾਰਟੀਆਂ ਹਿੰਦੁਸਤਾਨ ਦੀਆਂ ਜਗਤ ਸਰਬਾਨ ਸਨ ਔਰ ਸਰਦਾਰ ਕਪੂਰ ਸਿੰਘ ਦੀ ਬੜੀ ਮਹਿਮਾ ਹੋ ਰਹੀ ਸੀ। ਉਹਦੇ ਵਿੱਚ ਇੱਕ ਕਿਤੇ ਲਫ਼ਜ਼ ਲਿਖਿਆ ਸੀ ਖਾਲਸਾ ਜੀ ਕੇ ਬੋਲ ਵਾਲੇ, ਉਹਦੇ ਤੋਂ ਇਹ ਉਹਨੂੰ ਸਮਝਿਆ ਨਾ, ਉਹਦੀ ਭਾਵਨਾ ਨੂੰ ਸੈਂਸ ਨੂੰ ਸਮਝਿਆ ਨਾ, ਅਤੇ ਉਹਦੀ ਮੁਖਾਲਫਤ ਕਰਕੇ ਫਿਰ ਉਹ ਪਿੱਛੇ ਹਟ ਗਈਆਂ ਪਾਰਟੀਆਂ। ਚੰਦਰ ਸ਼ੇਖਰ ਤੋਂ ਜਦੋਂ ਜਨਤਾ ਪਾਰਟੀ ਦੇ ਪ੍ਰਧਾਨ ਬਣਿਆ, ਉਹ ਸਿੱਖਾਂ ਦੇ ਹਿਮਾਇਤੀ ਸਨ, ਉਹ ਸਮਝਦੇ ਸਨ, ਉਹ ਸਪੋਰਟ ਵੀ ਕਰਦੇ ਸਨ। ਸਰਦਾਰ ਕਪੂਰ ਸਿੰਘ ਦੀ ਇਹ ਬੜੀ ਵੱਡੀ ਦੇਣ ਹੈ, ਹਾਲੇ ਵੀ ਫੈਡਰਲਿਜ਼ਮ ਦੇ ਹੱਕ ਵਿੱਚ ਆਵਾਜ਼ ਉੱਠਦੀ ਰਹਿੰਦੀ ਹੈ ਔਰ ਇਹਦੇ ਬਿਨਾਂ ਗੁਜ਼ਾਰਾ ਨਹੀਂ, ਕਿਉਂਕਿ ਹਰ ਛੋਟੀ ਮੋਟੀ ਗੱਲ ਲਈ ਰਾਜਾਂ ਨੂੰ ਕੇਂਦਰ ਸਰਕਾਰ ਕੋਲ ਦਿੱਲੀ ਜਾ ਕੇ ਮਿੰਨਤਾਂ ਤਰਲੇ ਕਰਨੇ ਪੈਂਦੇ ਆ ਜੀ ਸਾਨੂੰ ਆਹ ਫੰਡ ਦਿਓ, ਸਾਡੀ ਆਹ ਲੋੜ ਹੈ, ਸਾਡੀ ਆਹ ਗਰਜ਼ ਹੈ, ਉਹ ਆਪ ਹੀ ਪੂਰੀਆਂ ਕਰ ਸਕਣ, ਇੰਨਾ ਉਹਨਾਂ ਨੂੰ ਅਧਿਕਾਰ ਹੋਣਾ ਚਾਹੀਦਾ। ਫਿਰ ਉਹ ਪੰਜਾਬੀ ਸੂਬੇ ਦੇ ਬਹੁਤ ਕੱਟੜ ਹਮਾਇਤੀ ਸਨ, ਪੰਜਾਬੀ ਸੂਬੇ ਦੀ ਮੰਗ ਨੂੰ ਉਹਨਾਂ ਨੇ ਜਿਸ ਢੰਗ ਨਾਲ ਪਾਰਲੀਮੈਂਟ ਵਿੱਚ ਜਸਟੀਫਾਈ ਕੀਤਾ ਕਿ ਜਦ ਬਾਕੀ ਸੂਬੇ ਬੋਲੀ ਦੇ ਆਧਾਰ 'ਤੇ ਬਣਾਏ ਗਏ ਤਾਂ ਪੰਜਾਬ ਦੀ ਜਿਹੜੀ ਰੀਆਰਗਨਾਈਜੇਸ਼ਨ ਪੁਨਰਗਠਨ ਕਿਉਂ ਨਹੀਂ ਕੀਤਾ ਜਾ ਰਿਹਾ, ਉਹਨਾਂ ਦੇ ਤਕਰੀਰਾਂ ਪੜ੍ਹਨ ਵਾਲੀਆਂ ਨੇ ਪਾਰਲੀਮੈਂਟ ਜਿਹੜੀਆਂ ਕੀਤੀਆਂ ਉਹਨਾਂ ਨੇ। ਫਿਰ 1974 ਵਿੱਚ ਉਹ ਗਏ ਟੋਰੋਂਟੋ ਕੈਨੇਡਾ, ਉੱਥੇ ਉਹਨਾਂ ਨੂੰ ਪਤਾ ਲੱਗਾ ਕਿ ਇੱਥੇ ਬਹੁਤ ਵੱਡੇ ਪੱਧਰ 'ਤੇ ਅੰਤਰ ਧਰਮ ਯਾਨੀ ਸਰਬ ਧਰਮ ਸੰਮੇਲਨ ਹੋ ਰਿਹਾ ਸਾਰੇ ਧਰਮਾਂ ਦਾ, ਅਤੇ ਬਦਕਿਸਮਤ ਦੇ ਨਾਲ ਸਿੱਖਾਂ ਦਾ ਪੱਖ ਪੇਸ਼ ਕਰਨ ਵਾਲਾ ਉੱਥੇ ਕੋਈ ਨਹੀਂ ਸੀ। ਉਹਨਾਂ ਨੂੰ ਪਤਾ ਲੱਗਾ ਕਿ ਸਿੱਖਾਂ ਦਾ ਤਾਂ ਨੁਮਾਇੰਦਾ ਹੀ ਕੋਈ ਨਹੀਂ, ਸਿੱਖਾਂ ਬਾਰੇ ਦੁਨੀਆ ਨੂੰ ਕਿਵੇਂ ਜਾਣਕਾਰੀ ਮਿਲੇਗੀ। ਕਿਸੇ ਹਿੰਦੂ ਵਿਦਵਾਨ ਨੇ ਸਿੱਖਾਂ ਦਾ ਪੱਖ ਪੇਸ਼ ਕਰਨਾ ਸੀ ਔਰ ਉਹ ਹੋ ਸਕਦਾ ਸਨਾਤਨੀ ਪੱਖ ਤੋਂ ਉਹ ਬੋਲਦਾ। ਸਰਦਾਰ ਕਪੂਰ ਸਿੰਘ ਨੇ ਪ੍ਰਬੰਧਕਾਂ ਨਾਲ ਪਹੁੰਚ ਕੀਤੀ, ਕੌਮ ਦਾ ਦਰਦ ਰੱਖਦੇ ਸਨ, ਉਹਨਾਂ ਨੇ ਬੜੀ ਖੁਸ਼ੀ ਨਾਲ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਸਿੱਖਾਂ ਦੇ ਨੁਮਾਇੰਦੇ ਦੇ ਤੌਰ 'ਤੇ ਆਪਣਾ ਭਾਸ਼ਣ ਦਿਓ। ਜਿਹੜਾ ਕਹਿੰਦੇ ਉਹਨਾਂ ਨੇ ਭਾਸ਼ਣ ਦਿੱਤਾ, ਜੋ ਸਿੱਖੀ ਦੀ ਉਹਨਾਂ ਨੇ ਵਿਆਖਿਆ ਕੀਤੀ, ਜੋ ਸਿੱਖੀ ਦਾ ਸਿਧਾਂਤ ਉਹਨਾਂ ਨੇ ਦੱਸਿਆ ਕਿ ਉਦੋਂ ਜੋ 500 ਸਾਲ ਪਹਿਲਾਂ ਪ੍ਰਸੰਗਿਕ ਸਨ ਜਦੋਂ ਸਿੱਖੀ ਦਾ ਬੀਜ ਗੁਰੂ ਨਾਨਕ ਦੇਵ ਜੀ ਨੇ ਬੀਜਿਆ ਸੀ, ਕਿ ਅੱਜ ਤੱਕ ਵੀ ਔਰ ਜਦੋਂ ਤੱਕ ਦੁਨੀਆ ਕਾਇਮ ਹੈ, ਇਹ ਜਿਹੜੇ ਸਾਇੰਟੀਫਿਕ ਧਰਮ ਦੇ ਸਿਧਾਂਤ ਨੇ, ਇਹ ਹਮੇਸ਼ਾ ਲਈ ਮਨੁੱਖਤਾ ਦਾ ਰਾਹ ਥੇਰਾ ਬਣਦੇ ਸਮਰੱਥ ਨੇ। ਅਤੇ ਕਹਿੰਦੇ ਜਦੋਂ ਉਹਨਾਂ ਨੇ ਤਕਰੀਰ ਸਮਾਪਤ ਕੀਤੀ, ਕਿੰਨੀ ਦੇਰ ਤੱਕ ਹਾਲ ਜਿਹੜਾ ਸੀ ਤਾੜੀਆਂ ਨੂੰ ਗੂੰਜਦਾ ਰਿਹਾ, ਉੱਥੇ ਸਰਦਾਰ ਕਪੂਰ ਸਿੰਘ ਨੇ ਆਪਣੀ ਜਿਹੜੀ ਸੀ ਆਪਣੀ ਲਿਆਕਤ ਦਾ ਲੋਹਾ ਬਣਵਾਇਆ। ਐਸੇ ਵਿਦਵਾਨ ਸਨ, ਕਈ ਭਾਸ਼ਾਵਾਂ, ਦੇਖੋ ਅੰਗਰੇਜ਼ੀ ਦੇ ਉਹ ਵਿਦਵਾਨ ICS ਅਧਿਕਾਰੀ ਸਨ, ਫਿਰ ਹਿੰਦੀ ਦੇ, ਸੰਸਕ੍ਰਿਤ ਦੇ, ਉਰਦੂ ਦੇ, ਪੰਜਾਬੀ ਤਾਂ ਉਹਨਾਂ ਦੀ ਮਾਦਰੀ ਜ਼ਬਾਨ ਸੀ, ਮੈਂ ਅਰਬੀ ਦੇ ਇਤਿਹਾਦਕ ਬਹੁਤ ਸਾਰੀਆਂ ਜ਼ਬਾਨਾਂ ਦੇ ਮਾਹਰ ਸਨ। ਕਿਤਾਬਾਂ ਉਹਨਾਂ ਨੇ ਬਹੁਤ ਲਿਖੀਆਂ, ਉਹਨਾਂ ਦੀ ਜਿਹੜੀ ਕਿਤਾਬ ਹੈ ਸਾਚੀ ਸਾਖੀ ਉਹ ਪੜ੍ਹਨ ਵਾਲੀ ਹੈ, ਉਹਦੇ ਵਿੱਚ ਬੜੇ ਸਟਾਰਟਿੰਗ ਫੈਕਟ ਨੇ ਜਿਹੜੇ ਕਿਤੋਂ ਨਹੀਂ ਮਿਲਦੇ। ਫਿਰ ਉਹਨਾਂ ਨੇ ਇੱਕ ਕਿਤਾਬ ਲਿਖੀ, ਬਹੁਤ ਸਾਰੇ ਉਹਨਾਂ ਦੇ ਲੇਖ ਵੀ ਮਿਲਦੇ ਨੇ, ਉਹਨਾਂ ਦੇ ਆਰਟੀਕਲਸ ਹਜ਼ਾਰਾਂ ਦੀ ਗਿਣਤੀ ਛਪੇ ਉਹ ਵੀ ਮੌਜੂਦ ਨੇ ਜੇ ਕੋਈ ਪੜ੍ਹਨ ਵਾਲਾ ਹੋਵੇ। ਇੱਕ ਉਹਨਾਂ ਦੀ ਕਿਤਾਬ ਹੈ ਲਿਖੀ ਹੋਈ, ਉਹਦਾ ਨਾਂ ਹੈ ਪਰਾਸ਼ਰ ਪ੍ਰਸ਼ਨ। ਇੱਕ ਉਹਨਾਂ ਦੇ ਦੋਸਤ ਸਨ ਹਿੰਦੂ ਬ੍ਰਾਹਮਣ ਸਰਦਾਰੀ ਲਾਲ ਪਰਾਸ਼ਰ, ਉਹ ਸਿੱਖੀ ਬਾਰੇ ਸਵਾਲ ਅਕਸਰ ਪੁੱਛਦੇ ਰਹਿੰਦੇ ਸਨ ਸਰਦਾਰ ਕਪੂਰ ਸਿੰਘ ਨਾਲ, ਬੜੀ ਦੋਸਤੀ ਸੀ ਉਹਨਾਂ ਦੇ, ਬੜਾ ਪਿਆਰ ਸੀ। ਉਹਨਾਂ ਦੇ ਸਵਾਲਾਂ ਦੇ ਜਦੋਂ ਜਵਾਬ ਜਿਹੜੇ ਸਰਦਾਰ ਕਪੂਰ ਸਿੰਘ ਦਿੰਦੇ ਸਨ, ਉਹ ਬੜੇ ਤਸੱਲੀ ਮਹਿਸੂਸ ਕਰਦੇ ਸਨ ਸਰਦਾਰੀ ਲਾਲ ਪਰਾਸ਼ਰ ਸਾਹਿਬ। ਉਹ ਜਿਹੜੇ ਪ੍ਰਸ਼ਨ ਉੱਤਰ ਹੈ ਉਹਨਾਂ 'ਤੇ ਮਬਨੀ ਇਹ ਕਿਤਾਬ ਹੈ, ਇਹ ਵੀ ਪੜ੍ਹਨ ਵਾਲੀ ਹੈ। ਇਸ ਤਰ੍ਹਾਂ ਸਰਦਾਰ ਕਪੂਰ ਸਿੰਘ ਨੇ ਅੰਗਰੇਜ਼ੀ ਵਿੱਚ ਵੀ ਬਹੁਤ ਸਾਰੀਆਂ ਕਿਤਾਬਾਂ ਸਿੱਖ ਇਜ਼ਮ 'ਤੇ ਲਿਖੀਆਂ ਔਰ ਉਹਨਾਂ ਨੂੰ ਉਹਨਾਂ ਦੀ ਲਿਆਕਤ ਸਦ
ਨੂੰ ਮੱਦੇਨਜ਼ਰ ਰੱਖਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੀ ਸਿੱਖਾਂ ਦੀ ਸਰਮੌਰ ਸੰਸਥਾ ਹੈ, ਕੁੱਲ ਦੁਨੀਆ ਦੇ ਸਿੱਖਾਂ ਲਈ ਹਮੇਸ਼ਾ ਰਹੀ ਹੈ ਅਤੇ ਰਹੇਗੀ। ਗੁਰੂ ਹਰਗੋਬਿੰਦ ਸਾਹਿਬ ਵੱਲੋਂ ਕਾਇਮ ਕੀਤਾ ਗਿਆ ਇਹ ਅਦਾਰਾ, ਇਹ ਤਨਜ਼ੀਮ, ਉਹਦੇ ਵੱਲੋਂ ਪ੍ਰੋਫੈਸਰ ਆਫ ਸਿੱਖਇਜ਼ਮ, ਇਹ ਬਹੁਤ ਵੱਡਾ ਸਤਿਕਾਰ ਉਹਨਾਂ ਨੂੰ ਦਿੱਤਾ ਗਿਆ ਅਤੇ ਉਹਨਾਂ ਦਾ ਹੌਸਲਾ ਵਧਾਇਆ ਗਿਆ। ਤੁਸੀਂ ਹੈਰਾਨ ਹੋਵੋਗੇ ਕਿ ਕਿਸੇ ਵਿਅਕਤੀ 'ਚ ਇੰਨੇ ਗੁਣ ਹੋ ਸਕਦੇ ਆ। ਜਿੱਥੇ ਇਹ ਮੈਂ ਉਹਨਾਂ ਦੀ ਲਿਆਕਤ ਦੀ ਗੱਲ ਕੀਤੀ, ਉੱਥੇ ਜੋਤਿਸ਼ ਦੇ, ਐਸਟ੍ਰੋਲੋਜੀ ਦੇ, ਫਿਰ ਸਪੇਸ ਬਾਰੇ ਅਤੇ ਫਿਰ ਐਗਰੀਕਲਚਰ ਬਾਰੇ ਉਹਨਾਂ ਨੂੰ ਇੰਨੀ ਜਾਣਕਾਰੀ ਸੀ ਕਿ ਸਵਾਮੀਨਾਥਨ ਵੀ ਉਹਨਾਂ ਨੂੰ ਮੰਨਦੇ ਸਨ, ਜਿਹੜੇ ਖੇਤੀਬਾੜੀ ਦੇ ਬਹੁਤ ਵੱਡੇ ਸਵਾਮੀਨਾਥਨ ਕਮਿਸ਼ਨ ਇੱਕ ਬਣਿਆ ਸੀ ਬਾਅਦ ਵਿੱਚ। ਇਹ ਹੈ ਸਰਦਾਰ ਕਪੂਰ ਸਿੰਘ ਦੀ ਲਿਆਕਤ। ਕੌਮ ਲਈ ਘਾਲਣਾ ਘਾਲਦੇ ਰਹੇ, ਕੌਮ ਲਈ ਲੜਦੇ ਰਹੇ, ਕੌਮ ਲਈ ਲਿਖਦੇ ਰਹੇ, ਕੌਮ ਲਈ ਜੂਝਦੇ ਰਹੇ। ਪਰ ਮੈਂ ਜਿਵੇਂ ਕਿਹਾ ਕਿ ਉਹ ਉਹਨਾਂ ਨੂੰ ਵੱਡੇ ਵੱਡੇ ਅਕਾਲੀ ਲੀਡਰ ਮਿਲਣ ਤੋਂ ਡਰਦੇ ਸਨ, ਕਿਉਂਕਿ ਉਹ ਸੱਚੀ ਗੱਲ ਮੂੰਹ 'ਤੇ ਕਹਿ ਦਿੰਦੇ ਸੀ ਔਰ ਕੋਈ ਉਜ਼ਰ ਨਹੀਂ ਸੀ ਕਰਦਾ, ਮੂਹਰਿਓਂ ਸਿਰ ਝੁਕਾ ਲੈਂਦੇ ਸਨ। ਉਹਨਾਂ ਦੀਆਂ ਗਲਤੀਆਂ ਦੱਸਦੇ ਸਨ ਕਿ ਤੁਸੀਂ ਆਹ ਗਲਤੀਆਂ ਕੀਤੀਆਂ ਨੇ ਜਿਹਦਾ ਕੌਮ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਭੁਗਤਣਾ ਪੈ ਸਕਦਾ ਅਤੇ ਪਵੇਗਾ। ਉਹ ਗੱਲਾਂ ਸੱਚ ਹੋ ਰਹੀਆਂ ਨੇ, ਸਾਚੀ ਸਾਖੀ ਵਿੱਚ ਇਹੋ ਹੀ ਤਾਂ ਹੈ। ਔਰ ਉਹ ਬਿਮਾਰ ਪੈ ਗਏ, ਲੰਮੀ ਬਿਮਾਰੀ ਤੋਂ ਬਾਅਦ ਕੌਮ ਦਾ ਇਹ ਮਹਾਨ ਅਮੋਲਕ ਹੀਰਾ, ਨਾਜਾਬ ਹੀਰਾ, ਕੋਹਨੂਰ ਹੀਰਾ ਸਰਦਾਰ ਕਪੂਰ ਸਿੰਘ ਸੰਨ 1986 ਵਿੱਚ ਅਪ੍ਰੈਲ ਮਹੀਨੇ ਦੀ 13 ਤਾਰੀਖ ਨੂੰ ਪੰਥ ਨੂੰ ਵਿਛੋੜਾ ਦੇ ਕੇ ਆਪਣੇ ਲੱਖਾਂ ਕਦਰਦਾਨਾਂ ਨੂੰ ਵਿਲਕਦਿਆਂ ਛੱਡ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਲੀਨ ਹੋ ਗਿਆ। ਅੱਜ ਉਹਨਾਂ ਦੇ ਜਨਮ ਦਿਨ ਦੇ ਮੌਕੇ 'ਤੇ ਅਸੀਂ ਇਹ ਆਪਣਾ ਫਰਜ਼ ਸਮਝਦੇ ਸਾਂ ਕਿ ਅਸੀਂ ਉਹਨਾਂ ਦੇ ਬਾਰੇ ਕੁਝ ਨਾ ਕੁਝ ਵਿਚਾਰ ਆਪ ਨਾਲ ਸਾਂਝੇ ਕਰੀਏ। ਅੱਜ ਅਜ਼ਮ ਕਰੀਏ ਕਿ ਸਰਦਾਰ ਕਪੂਰ ਸਿੰਘ ਦੀਆਂ ਲਿਖਤਾਂ ਨੂੰ ਪੜ੍ਹੀਏ, ਉਹਨਾਂ ਦੀ ਵਿਚਾਰਧਾਰਾ ਨੂੰ ਸਮਝੀਏ, ਉਹਨਾਂ ਦੀ ਲਿਆਕਤ ਨੂੰ ਸਜਦਾ ਕਰੀਏ। ਇਹੋ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਇਹੋ ਉਹਨਾਂ ਪ੍ਰਤੀ ਸਾਡਾ ਪਿਆਰ ਅਤੇ ਸਤਿਕਾਰ ਹੋਵੇਗਾ। ਐਸੇ ਮਹਾਨ ਸਿਰੜੀ ਵਿਦਵਾਨ ਨੂੰ ਬਹੁਤ ਬਹੁਤ ਸਜਦਾ। ਇਸ ਦੇ ਨਾਲ ਹੀ ਐਪੀਸੋਡ ਸਮਾਪਤ ਕਰਨ ਦੀ ਆਗਿਆ ਬਖਸ਼ੋ। ਬਹੁਤ ਬਹੁਤ ਸ਼ੁਕਰੀਆ ਐਪੀਸੋਡ ਵੇਖਣ ਲਈ। ਧੰਨਵਾਦ।